थैंक यू, किन्ना सोहना लगता। मैनू कहिंदी थैंक यू, है किन्नी पढ़ी लिखी आ। ओ सॉरी मॉम, मैं आके तुहाडी गल सुनांगी। ओके बाय। वड्डी अंग्रेजन के तो सह नहीं लैंदी, दो अक्षर सीख ले अंग्रेजी दे ते किड्डी बाय मॉम बाय मॉम, बस होर कुछ ते आउंदा नहीं इहनूं। अच्छा बाहां नहीं तेरियां काम करदियां, खाण नूं ते वी चंगियां भलियां ते काम वारी तैनूं मौत पैंदी है। हुण मैं तैनूं मरब्बे ना लिया के दा ताकत वाले। ओहो मैं तो उदा ही मम्मी नूं कहता, मम्मी आके मैनूं पुछण डई सी। नहीं नहीं चलो, तेरी लोड़ नहीं कोई, मैं धो लांगी आपे धो लांगी। मेहरबानी तुसीं चलो, बड़ी अगे मेरी सेवा कराती है। ओ मॉम प्लीज इदा ना बोलो, मैनू तुहानूं भी पता उत्थे सारियां मेरियां फ्रेंड्स हुंदियां, सारियां सोहणे तों सोहणे सूट पा के आउंदियां, मेरे तां सूट ही नहीं इन्ने सोहणे हुंदे। इदा ना मैनू बोलिया करो, मैं नौकरी करदी आं। मम्मी ते जान के उहनां दे दुआले होए रहिंदे आ, किन्नियां ते चंगियां वा, किन्ना मैनू प्यार करदियां। ओ दूजी वेखा किन्ना सोहणा अंग्रेजी दे विच मेरे नाल बोलदी आ, हैं हले कि उहनूं पता वी आ कि मैनू ते आउंदा ही नहीं कख वी। संदीप दी, संदीप दी, वन कप डी। रुक जा जरा, तेरी कढ़नी है मैं टी। मम्मी हुण कर लो जिहड़ी गल करनी आ, कदे लई सद्या सानू, उत्थों भी कम भन के आए आ आपां, हैं कि हुण एक दूजे दे मूंह वाली वेखी जाणा आ। ओ भरावा हौली चल, कर लैंदे आ गल, वाधू टाइम आ। ਪਾਜੀ ਤੁਹਾਡੇ ਕੋਲ ਟਾਈਮ ਹੋਗਾ, ਸਾਡੇ ਕੋਲ ਟਾਈਮ ਨਹੀਂ ਹੈਗਾ, ਆਈ ਐਮ ਸੋ ਬਿਜ਼ੀ, ਠੀਕ ਹੈ ਨਾ, ਇਸੇ ਕਰਕੇ ਮੈਂ ਅੱਜ ਹੋਲੀਡੇ ਕੀਤੀ ਆ ਤੁਹਾਡੀ ਇਸ ਗੱਲ ਕਰਕੇ। ਪ੍ਰੀਤ ਹੋਲੀ ਦਿਨ ਤੇ ਹਲੇ 8 ਤਰੀਕ ਨੂੰ ਹੋਇਆ ਨਾ। ਓ ਮੂਰਖੇ, ਹੋਲੀ ਦਿਨ ਨਹੀਂ ਹੋਲੀਡੇ, ਹੋਲੀਡੇ ਦਾ ਮਤਲਬ ਛੁੱਟੀ। ਓਏ ਉਹਨੇ ਛੁੱਟੀ ਕੀਤੀ ਓ ਆ ਗੱਲਾਂ ਕਰਕੇ। ਮੈਂ ਗੱਲਾਂ ਕਰਕੇ ਤੇ ਮਾਰ ਖਾਂਦੀ ਆ, ਇਹਨੂੰ ਕੋਈ ਪਤਾ ਨੀ ਦੀਨ ਦੁਨੀਆਂ ਦਾ, ਦੁਨੀਆਂ ਕਿੱਥੇ ਵੱਸਦੀ ਆ। ਇਹਦੇ ਕੋਲ ਕੰਮ ਜਿੰਨਾ ਮਰਜ਼ੀ ਸਾਰਾ ਦਿਨ ਕਰਾਈ ਜਾਓ। ਹਾਂ ਵੇਖ ਲੋ ਮੰਮੀ ਦੇ ਕੰਮ, ਹੈ ਸਾਰੀ ਦਿਹਾੜੀ ਕੰਮ ਕਰਕੇ ਮੇਰੇ ਹੱਥ ਕੱਸ ਜਾਂਦੇ ਆ ਤੇ ਤਰੀਫਾਂ ਕੱਲੀ ਵੱਡੀ ਨੂੰਹ ਦੀਆਂ। ਇਹਦੇ ਨਾਲ ਤੇ ਚੰਗਾ ਬੰਦਾ ਨਾ ਹੀ ਕੰਮ ਕਰੇ। ਭੁੱਖ ਲੋ ਜਾ, ਤੇਰੀ ਵੀ ਸੁਣਾਂਗੇ, ਤੈਨੂੰ ਵੀ ਮੌਕਾ ਦਵਾਂਗੇ, ਪਹਿਲਾਂ ਮੰਮੀ ਦੀ ਗੱਲ ਸੁਣ ਲਈਏ ਕਿ ਉਹਨਾਂ ਕਿਹੜੇ ਕੰਮ ਸੱਦਿਆ ਸਾਨੂੰ, ਆਪਣਾ ਵਿੱਚ ਰਾਮ ਰੌਲਾ ਪਾੜਿਆ ਤੂੰ। ਦੱਸੋ ਮੰਮੀ ਜੀ ਤੁਸੀਂ ਕੀ ਆਉਂਦੇ ਜੀ ਹੁਣ? ਮੈਂ ਦੱਸਣਾ ਕੀ ਹੈ, ਸਭ ਕੁਝ ਤੁਹਾਡੇ ਸਾਹਮਣੇ ਆ। ਉਹ ਕਹਿੰਦੀ ਮੈਂ ਬੜੀ ਚਲਾਕ ਆ, ਉਹ ਕਹਿੰਦੀ ਮੈਂ ਬੜੀ ਹੁਸ਼ਿਆਰ ਆ, ਤੇ ਆ ਬੈਠੀ ਹੈ ਚੱਲੀ, ਜਿੰਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ। ਮੰਮੀ ਇਹ ਤੁਹਾਨੂੰ ਸ਼ੁਰੂ ਤੋਂ ਪਤਾ ਕਿ ਭਾਬੀ ਥੋੜੀ ਜਿਹੀ ਭੋਲੀ ਆ, ਹੁਣ ਇਹ ਪੜ੍ਹੀਆਂ ਲਿਖੀਆਂ ਆ, ਹੁਣ ਉਹਨਾਂ ਨੇ ਆਪਣੇ ਹਿਸਾਬ ਕਿਤਾਬ ਨਾਲ ਰਹਿਣਾ ਆ, ਹੁਣ ਤੁਸੀਂ ਵਖਰੇਵਾਂ ਤਾਂ ਨਾ ਕਰੋ ਇਹਨਾਂ ਦੇ ਵਿੱਚ, ਉਹ ਮਾੜੀਆਂ ਤਾਂ ਨਹੀਂ ਹੈਗੀਆਂ? ਦੱਸ ਵੇ ਮੈਂ ਕਦੋਂ ਕਹਿੰਦੀ ਹਾਂ ਮਾੜੀਆਂ ਨੇ, ਇਹ ਵੀ ਮੇਰੀਆਂ ਨੂੰਹਾਂ ਨੇ ਚੰਗੀਆਂ ਨੇ, ਪਰ ਮੈਂ ਇਹ ਆਨੀ ਆ ਵੀ ਆਪ ਆਪਣੀ ਜ਼ਿੰਮੇਵਾਰੀ ਸਮਝਣ। ਮੰਮੀ ਐਵੇਂ ਗੱਲਾਂ ਗੋਲ ਮੋਲ ਨਾ ਕਰੋ, ਤੁਸੀਂ ਆਪਣੇ ਦਿਲ ਦੀ ਗੱਲ ਦੱਸੋ ਕਿ ਤੁਸੀਂ ਚਾਹੁੰਦੇ ਕੀ ਜੇ। ਵੇ ਮੈਂ ਤਾਂ ਇਹ ਚਾਹੁੰਦੀ ਹਾਂ ਵੀ ਬਥੇਰਾ ਇਕੱਠ ਨਿਭ ਗਿਆ, ਤੂੰ ਹੁਣ ਵੱਖੋ ਵੱਖ ਇਹਨਾਂ ਨੂੰ ਕਰਦਾ, ਤੇ ਆਪ ਆਪਣੀਆਂ ਕਮਾਓ ਤੇ ਆਪ ਆਪਣੀਆਂ ਖਾਓ, ਅੱਜ ਨਹੀਂ ਤੇ ਕੱਲ ਅੱਡੋ ਅੱਡ ਤੇ ਤੁਸੀਂ ਹੋਣੇ ਹੀ, ਕਿਉਂ ਨਾ ਮੇਰੇ ਜਿਉਂਦਿਆਂ ਜਿਉਂਦਿਆਂ ਤੁਸੀਂ ਹੋ ਜਾਓ। ਲੈ ਮਾਤਾ, ਇੰਨੀ ਕੁ ਗੱਲ ਦੇ ਬਦਲੇ ਸਾਨੂੰ ਸੱਦ ਲਿਆ, ਵੀ ਆਪਣਾ ਤਾਂ ਪਹਿਲਾਂ ਹੀ ਵੱਖੋ ਵੱਖਰਾ ਹਿਸਾਬ ਕਿਤਾਬ ਆ, ਆਪੋ ਆਪਣੀ ਕਮਾਈ ਕਰਨ ਡਏ ਆ, ਆਪੋ ਆਪਣੀ ਸਾਂਭਣ ਡਏ ਆ, ਉਹ ਬਸ ਆਹ ਘਰ ਹੀ ਆ, ਜਿੱਦਾਂ ਹੀ ਥੋੜ੍ਹਾ ਜਿਹਾ ਸਾਹ ਸੌਖਾ ਹੁੰਦਾ ਵਾ ਆਪਣੇ ਵੱਖਰੇ ਮਕਾਨ ਬਣਾ ਲੈਂਦੇ ਹਾਂ, ਹੋਰ ਇਹਦੇ ਨਾਲ ਵੱਖੋ ਕਿੱਦਾਂ ਦੇ ਹੋਣਾ ਆਪਾਂ। ਵੇ ਪੁੱਤਰ ਤੁਹਾਡਾ ਤਾਂ ਮੈਨੂੰ ਕੋਈ ਦੁੱਖ ਹੀ ਨਹੀਂ, ਤੰਗੀ ਤਾਂ ਮੈਨੂੰ ਇਹਨਾਂ ਤਿੰਨਾਂ ਵੱਲੋਂ ਆ, ਵੇ ਇਹਨੂੰ ਤਾਂ ਨਾ ਸਾਰਾ ਦਿਨ ਅੱਡੀਆਂ ਕੂਚਾਂ ਤੋਂ ਵੇਹਲ ਨਹੀਂ ਮਿਲਦਾ, ਤੇ ਆਹ ਜਿਹੜੀ ਹੈ ਇਹ ਸਾਰਾ ਦਿਨ ਹੈਲੋ ਬਾਏ ਕਰਦੀ ਰਹਿੰਦੀ ਹੈ, ਤੇ ਇਹ ਜਿਹੜੀ ਹੈ ਇਹ ਸਾਰਾ ਦਿਨ ਗੋਹੇ ਕੂੜੇ 'ਚ ਫਸੀ ਰਹਿੰਦੀ ਹੈ। ਮੰਮੀ ਮੰਨ ਲਈ ਤੁਹਾਡੀ ਗੱਲ, ਜਿਨ੍ਹਾਂ ਨੂੰ ਅੱਡ ਅੱਡ ਵੀ ਕਰ ਦੋਗੇ ਇਹ ਤਾਂ ਆਪਣੀ ਪਕਾ ਲੈਣਗੀਆਂ, ਪਰ ਤੁਸੀਂ ਦੱਸੋ ਤੁਹਾਡੀ ਕੌਣ ਪਕਾਊਗਾ? ਵੀ ਮੈਂ ਕਿਤੇ ਬਾਹਰੋਂ ਖਾਣੀ ਹੈ, ਮੇਰਾ ਆਪਣਾ ਘਰ ਹੈ, ਮੈਂ ਜਿਹਦੇ ਵੱਲ ਮਰਜ਼ੀ ਖਾਵਾਂ। ਮੰਮੀ ਸਹੀ ਆ ਗੱਲ ਤੁਹਾਡੀ, ਤੁਹਾਡਾ ਆਪਣਾ ਘਰ ਵਾ, ਜੀ ਸਦਕੇ ਜਿਹਦੇ ਵੱਲੋਂ ਮਰਜ਼ੀ ਖਾਓ ਕੋਈ ਗੱਲ ਨਹੀਂ, ਪਰ ਫਿਰ ਵੀ ਜਦੋਂ ਤੁਸੀਂ ਵੱਖੋ ਵੱਖ ਕਰ ਦੇਣਾ ਵਾ ਇੱਕ ਦੂਜੇ ਨੂੰ, ਫਿਰ ਇੱਕ ਜ਼ਿੰਮੇਵਾਰੀ ਤੇ ਹੁੰਦੀ ਆ ਨਾ, ਕਿਸੇ ਘਰ ਦੇ ਇੱਕ ਮੈਂਬਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਪੱਕੀ ਕਿ ਬਾਈ ਤੁਸੀਂ ਕਿਹਦੇ ਵੱਲੋਂ ਰੋਟੀ ਖਾਣੀ ਆ, ਅਸੀਂ ਆਹ ਗੱਲ ਕਹਿਣ ਡਏ ਹਾਂ। ਬਾਕੀ ਇਹਨਾਂ ਤਿੰਨਾਂ 'ਚੋਂ ਕਿਸੇ ਨੂੰ ਇਹ ਗੱਲ ਦਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਮੰਮੀ ਨੇ ਅੱਜ ਸਾਡੇ ਵੱਲੋਂ ਰੋਟੀ ਕਿਉਂ ਖਾਧੀ,
पर फिर भी एक जाने की जिम्मेवारी जरूर हो। सही कहा ना मैं? बिल्कुल बिल्कुल। चलो ठीक है फिर, रोटी की कहड़ी गल आ? मम्मी तुम इदा करो, हाडे वाल आ जाओ, तुम हाडे वालों ही रोटी खाओ। क्यों प्रीत, ठीक क्या ना मैं? जान तो लेट हो जा फिर मूह भूखे रह जाएंगे ना। ਹੁਣ ਤੁਸੀਂ ਆਪ ਹੀ ਸੋਚੋ, ਜੇ ਮੂੰਹ ਭੁੱਖੇ ਰਹਿਣਗੇ ਤੇ ਮੂੰਹ ਵੀਕ ਹੋ ਜਾਣਗੇ, ਵੀਕ ਹੋਣਗੇ ਤੇ ਬਿਮਾਰ ਹੋ ਜਾਣਗੇ, ਬਿਮਾਰ ਹੋਣ ਤੋਂ ਬਾਅਦ ਟੂ ਮੱਚ ਪ੍ਰੋਬਲਮ ਹੋ ਜਾਏਗੀ ਨਾ। ਆਈ ਐਮ ਰਾਈਟ? ਆਹੋ ਗੱਲ ਤੇ ਉਦਾਂ ਹੈਗੀ ਵੀ ਸਹੀ ਆ, ਨੌਕਰੀ ਵਾਲੇ ਬੰਦੇ ਦਾ ਕੀ ਆ, ਵਾਧਾ ਘਾਟਾ ਤਾਂ ਹੋ ਹੀ ਜਾਂਦਾ। ਚੱਲ ਫਿਕਰ ਕਾਹਤੋਂ ਕਰਦੇ ਜੇ, ਜੇ ਪ੍ਰੀਤ ਨੌਕਰੀ ਜਾਂਦੀ ਆ ਨਾ, ਇਹ ਤਾਂ ਘਰੇ ਵਿਹਲੀ ਰਹਿੰਦੀ ਆ। ਚੱਲ ਕੋਈ ਨੀ, ਮਾਤਾ ਸਾਡੇ ਕੋਲ ਆ ਜਾਣਗੇ। ਹਾਂ ਹਾਂ, ਮੈਂ ਤੇ ਆਪ ਚਾਹੁੰਦੀ ਆ ਕਿ ਮੰਮੀ ਮੇਰੇ ਨਾਲ ਰਹਿਣ, ਮੈਨੂੰ ਤਾਂ ਸਭ ਖੁਸ਼ੀ ਬੜੀ ਹੋਏਗੀ। ਪਰ ਨਾ ਇਹਨਾਂ ਗੱਲਾਂ ਗੱਲਾਂ ਚ ਨਾ ਮੈਂ ਤੁਹਾਨੂੰ ਗੱਲ ਦੱਸਣਾ ਹੀ ਭੁੱਲ ਗਈ ਆ। ਮੈਂ ਨਾ 4-5 ਦਿਨ ਹੋ ਗਏ ਵੀ ਹਰਚ ਵੱਲ ਗਈ ਹਾਂ, ਉਹ ਪਾਰਲਰ ਜੀ ਵੱਲ, ਤੇ ਉਹ ਮੈਨੂੰ ਆਂਦੀ ਸੀ ਵੀ ਕਿ ਕੁੜੀ ਦੀ ਲੋੜ ਵਾ ਤੇ ਦੱਸ ਪਾ, ਤੇ ਮੈਂ ਕਿਹਾ ਵੀ ਮੈਨੂੰ ਤੇ ਸਾਰਾ ਕੰਮ ਆਉਂਦਾ ਹੈ ਤੇ ਮੈਂ ਆਪ ਹੀ ਹਾਂ ਕਰ ਆਈ ਹਾਂ ਉੱਥੇ। ਤੇ ਹੁਣ ਫਿਰ ਮੇਰਾ ਹਿਸਾਬ ਕਿਤਾਬ ਇੱਦਾਂ ਦਾ ਹੀ ਆ ਵੀ ਮੇਰੇ ਤੇ 6 ਵੀ ਵੱਜਿਆ ਕਰਨੇ, 7 ਵੀ ਵੱਜਿਆ ਕਰਨਾ, ਸਗੋਂ ਪ੍ਰੀਤ ਤੇ 4 ਵਜੇ ਆ ਜਾਂਦੀ ਆ ਤੇ ਮੈਂ ਤੇ 6-7 ਵਜੇ ਆਇਆ ਕਰਨਾ ਤੇ ਕੰਮ ਔਖਾ ਜਿਹਾ ਹੋ ਜਾਣਾ ਹੈ। ਤੇ ਨਾ ਮੈਂ ਵੀ 1-2 ਦਿਨਾਂ ਤੱਕ ਜਾਣਾ ਸ਼ੁਰੂ ਕਰ ਦੇਣਾ, ਮੈਂ ਸੋਚਿਆ ਸੀ ਵੀ ਮੈਂ ਵਿਹਲੀ ਨੇ ਕੀ ਕਰਨਾ ਘਰ, ਪਰ ਮੰਮੀ ਦੀ ਰੋਟੀ ਦਾ ਔਖਾ ਹੋ ਜਾਣਾ ਜੇ। ਉਹ ਚਲੋ ਫਿਰ ਠੀਕ ਆ, ਫਿਰ ਤੁਹਾਡੀ ਦੋਵਾਂ ਜਾਣਿਆਂ ਦੀ ਤੇ ਮਜਬੂਰੀ ਆ, ਹੈ ਵੀ ਹੁਣ ਇਹਨਾਂ ਵੀ ਕੰਮ ਤੇ ਜਾਇਆ ਕਰਨਾ, ਪਰ ਚਲੋ ਚੰਗੀ ਗੱਲ ਆ। ਤੂੰ ਦੱਸ ਸੰਦੀਪ ਕੌਰ, ਤੂੰ ਕੀ ਕਹਿੰਦੀ ਆ, ਕਿਤੇ ਇਹ ਨਾ ਹੋਵੇ ਤੂੰ ਗੋਹਾ ਕੂੜਾ ਕਰਨ ਲੱਗੀ ਉਸ ਲੇਟ ਹੋ ਜਾ ਕਰੇ, ਮੰਮੀ ਭੁੱਖੇ ਰਹਿ ਜਾ ਕਰਨ। ਨਾ ਨਾ, ਮੈਂ ਨੀ ਮੰਮੀ ਨੂੰ ਭੁੱਖੀ ਰਹਿਣ ਦਿੰਦੀ, ਮੇਰਾ ਤੇ ਮੰਮੀ ਬਿਨਾ ਜੀ ਵੀ ਨੀ ਲੱਗਦਾ, ਨਾਲੇ ਮੈਂ ਨੀ ਮੰਮੀ ਨੂੰ ਕਿਤੇ ਜਾਣ ਦਿੰਦੀ। ਚਲੋ ਠੀਕ ਆ ਵੀ, ਫਿਰ ਹੋ ਗਿਆ ਡਨ, ਸੰਦੀਪ ਪਕਾਊਗੀ ਰੋਟੀ ਫਿਰ ਮੰਮੀ ਦੀ, ਠੀਕ ਆ? ਠੀਕ ਆ ਜੀ, ਠੀਕ ਆ ਵੀ ਵਿੱਕੀ ਸਿਆ। ਹਾਂ ਹਾਂ ਵਧੀਆ ਵੀਰ, ਚੱਲ ਆ ਚੰਗਾ ਹੋ ਗਿਆ ਇਹ, ਹੈਨਾ ਮੰਮੀ ਮੇਰੇ ਵੱਲ ਆ ਗਈ। ਓ ਮਾਈ ਗੋਡ, ਸ਼ੁਕਰ ਹੀ ਹੋਇਆ, ਨਹੀਂ ਤੇ ਮੈਂ ਇਸ ਬੁੱਢੀ ਦੀ ਸਰਵੈਂਟ ਬਣ ਕੇ ਰਹਿ ਜਾਣਾ ਸੀ। ਮੇਰੀ ਜੋਬ ਨੇ ਤੇ ਮੈਨੂੰ ਬਚਾ ਹੀ ਲਿਆ, ਸ਼ੁਕਰ। ਆ ਦੇ ਨਾ, ਅੰਗਰੇਜ਼ੀ ਵਾਲੀ ਮੈਡਮ ਨੇ ਮੇਰੇ ਗੱਲ ਨਵਾਂ ਹੀ ਸਿਆਪਾ ਪਾ ਦੇਣਾ ਸੀ, ਅਤੇ ਚੰਗਾ ਹੋ ਗਿਆ ਕਿ ਮੈਨੂੰ ਪਾਰਲਰ ਵਾਲਾ ਆਈਡੀਆ ਦਿਮਾਗ 'ਚ ਆ ਗਿਆ ਵਾ, ਅਤੇ ਮੈਂ ਬਚ ਗਈ ਹਾਂ। ਮੇਰੇ ਤਾਂ ਹੱਥਾਂ ਪੈਰਾਂ 'ਚ ਪੈ ਗਈ ਮੈਨੂੰ, ਅਤੇ ਮੈਂ ਇੰਨੀਆਂ ਰੋਟੀਆਂ ਲਾ ਲਾ ਕੇ ਤਾਂ ਮੈਂ ਤਾਂ ਕਮਲੀ ਹੋ ਜਾਣਾ। ਚੱਲ ਹੁਣ ਮਾੜਾ, ਜਿੰਨੇ ਕੁ ਦਿਨ ਇੱਥੇ ਆ ਨਾ, 4 ਗੇੜੇ ਖਰਚੋ ਆਪਦੇ ਮਾਰ ਲਾ, ਕੋਈ ਫਰਕ ਨਹੀਂ ਪੈ ਚੱਲਿਆ। ਬਹਿ ਰਹਾਂਗੀ ਉੱਥੇ ਆਪਣੀ ਸਹੇਲੀ ਦੇ ਕੋਲ, ਮੁੜ ਕੇ ਚੱਲ ਚੁਲ ਗਏ ਫਿਰ ਕਿੰਨੇ ਪੁੱਛਣਾ। ਸੰਦੀਪ ਉਰੇ ਆ, ਮੇਰੀ ਗੱਲ ਸੁਣ। ਹਾਂਜੀ ਮੰਮੀ ਜੀ, ਕੀ ਕੰਮ ਸੀ? ਕੰਮ ਕੀ, ਮੈਂ ਖੰਡੇ ਵੀ ਕਿੰਨਾ ਚਿਰ ਹੋ ਗਿਆ ਪੇਟੀ ਵਾਲੇ ਕੱਪੜੇ ਨਹੀਂ ਸੁਕਾਏ, ਤੇ ਉਹਨੂੰ ਤੂੰ ਨਾਲ ਉਹਨੂੰ ਲੈ ਕੇ ਜੀਤਾ ਨੂੰ ਤੇ ਕੱਪੜੇ ਸੁਕਾ ਲਾ, ਨਹੀਂ ਤਾਂ ਉਤਰਾ ਮੈਂ ਹੀ ਤੇਰੀ ਹੈਲਪ ਕਰ ਦੇਣੀ, ਤੈਨੂੰ ਪਤਾ ਤਾਂ ਮੇਰੇ ਲੱਕ ਨੂੰ ਭੀੜ ਬੜੀ ਹੁੰਦੀ ਹੈ। ਹਾਂ ਮੰਮੀ ਜੀ, ਤੁਸੀਂ ਨਾ ਚੁੱਕਿਓ, ਤੁਹਾਡੇ ਫਿਰ ਲੱਕ ਨੂੰ ਜ਼ੋਰ ਆ ਜੂਗਾ। ਕੋਈ ਨਹੀਂ ਆ, ਮੈਂ ਜੀਤਾ ਨੂੰ ਕਹਿ ਦਿੰਦੀ ਹਾਂ ਤੇ ਅਸੀਂ ਸੁਕਾ ਲੈਂਦੀ ਹਾਂ ਕੱਪੜੇ ਪੇਟੀ। ਹਾਂ ਦੋਵੇਂ ਭੈਣਾਂ ਸੁਕਾ ਲਓ। ਠੀਕ ਆ, ਇਹਦੇ ਕਿਤੇ ਇੰਨੀ ਚੰਗੀ ਹੈ ਨਾ, ਇੱਕ ਵਾਰੀ ਨਾ ਨਹੀਂ ਕਰਦੀ, ਜਿਹੜਾ ਕੰਮ ਆਖੋ ਨੱਠ ਨੱਠ ਕੇ ਕੰਮ ਕਰਦੀ ਹੈ। ਚਲੋ ਗੀਤਾ। ਹਾਂਜੀ ਦੀਦੀ। ਮੰਮੀ ਕਹਿਣ ਡਿਆ ਕਿ ਪੇਟੀ ਦੇ ਬਿਸਤਰੇ ਨੂੰ ਧੁੱਪ ਲਵਾ ਲਓ। ਹਾਏ ਦੀਦੀ, ਬਸ ਤੁਸੀਂ ਥੋੜ੍ਹਾ ਜਿਹਾ ਪੇਟੀ 'ਚ ਕੱਪੜੇ ਕੱਢ ਦਿਉ ਨਾ, ਅਤੇ ਮੈਂ ਥੋੜ੍ਹਾ ਜਿਹਾ ਐਂਟਰ ਰਹਿ ਗਿਆ, ਮੈਨੂੰ ਪਤਾ ਲੱਗ ਜਾਏ ਜਗੀਰਦਾਰਨੀ ਦੇ ਘਰ ਕੀ ਹੁੰਦਾ ਵਾ, ਬਸ ਮੈਂ ਹੁਣੇ ਆ ਗਈ। ਅੱਛਾ, ਵੀਡੀਓ ਵੀ ਖੜੀ? ਹਾਂਜੀ ਹਾਂਜੀ, ਬਸ 2 ਮਿੰਟ ਲੱਗਣੇ, ਮੁੱਕਣੀ ਵਾਲੀ ਹੈ। ਚੱਲ ਮੈਂ ਕੱਢਦੀ ਹਾਂ ਅਤੇ ਫਿਰ ਆ ਗਈ, ਫਿਰ ਬਾਹਰ। ਹਾਂ ਹਾਂ, ਬਸ ਮੈਂ ਹੁਣੇ ਆ ਗਈ, ਤੁਸੀਂ ਕੱਢ ਕੇ ਰੱਖੋ, ਮੈਂ ਆਈ। ਇੱਕ ਤਾਂ ਮੰਮੀ ਦੀ ਚਮਚੀ ਹੈ ਨਾ, ਮੰਮੀ ਦਾ ਕੋਈ ਨਾ ਕੋਈ ਫਰਮਾਨ ਲੈ ਕੇ ਆ ਜਾਂਦੀ ਹੈ, ਮੇਰੇ ਵੱਲ ਸਾਰਾ ਮਜ਼ਾ ਖਰਾਬ ਕਰਤਾ ਮੇਰੀ ਵੀਡੀਓ ਦਾ, ਹੁਣ ਮੈਨੂੰ ਫਿਰ ਬੈਕ ਕਰਕੇ ਵੇਖਣੀ ਪੈਣੀ ਹੈ। ਚੱਲ ਮੈਂ ਹੋਰ ਕੋਈ ਵੀਡੀਓ ਨਾਲ ਵੇਖ ਲੈਣੀ ਬਣ ਲੈਣਾ, ਆਪ ਤਾਂ ਕੰਮ ਕੁੰਮ ਕਰ ਲਏ ਉਹਨਾਂ 'ਚ।
दीदी मैनू लगता है मम्मी का समान ही होना वा। मैं मम्मी नू दस दी आवाज मार के मम्मी चोर चार ना सुन रही इन्ना कीमती समान को चोरी कर लूगा यह जी गल रौला पा वाली थोड़िया वा दस सोना सुना हाय दीदी किड्डा सोहना वा वेह हाय जे मैं इदा पावगी सोहना लगेगा ना बड़ा ही सोहना लगेगा हाय दीदी आ भी किड्डा सोहना वेह किड्डा सोहना सबेगा मैनू हाँ इन्ना सोहना मैं तो वेख्या ही पहली यार दीदी आ वेह हाय चूड़िया मेरे के हाथों से बबनिया ही बड़िया वा चैनी किड्डी मोटी चैनी आ काम खराब हो जाना जिथो सोना लिया ना इदा ही उठे पा के रख दी मम्मी आ गए ना तो उन्हें आखना भी मेरा सोना गवाच गया जे मासा मोटा भी गवाच गया तो कितों भरना वा भर लो गे तीन नहीं इदा दसना नहीं है मम्मी जितों लिया ना बस उत रख दिए लिया कितों पेटे चो ही निकलिया वा बस उत रख दिए फिर इदा ही पा गए ना ना लो मम्मी के लागे पा दो फिर जिदा भी है वा मैनू नहीं पता तो पा के रख दो हाए मना कि सोहना समान हाथ लगा वा एक अद्धी चीज क्ड ना लाव महा ही तो मौका मिले है मुड़के की पता मिलना कि नहीं मिलना पर शिदैन जी का की पता जो दसता मम्मी ने तो मम्मी का तो अगे बड़ा सुभाव हो जा मैं तो कुत्तों फड़ के टंग देना वा नहीं रह नहीं दिनी है होर किसी स्कीम लड़ाई है सोना क्ढन की लै दीदी रख दे कि मम्मी ना पता लग जाए मुड़के ना आखन भी मेरिया नौं मेरा सोना फोल दियाँ तो मम्मी ना दस भी मैं वेख्या ही सोना ठीक है नहीं दसती हाय मना किन्ना सोना है मेरी सस को है जे तो कित लग रही तो सारा तो इन शदैन जी ने सोना मिल जाना वा क्यों ना मैं अपनी सस को हाथों च करा तो जरा वंड के देना उन्हें तो मैं कल ही लवा इन्ना ज्यादा सोना वा मेरे तो भाव खुल जाने मेरी तो लॉटरी लग जानी है इन्हें क्या अंबल खा लिया बड़िया काम वाली तंबीरिया बना डई है ये तो कहते पैर ही नहीं थले लगन डे अज किधरों दिन चल गए अज तो पहली बार संदीप दे आखे आखे लग गई कहते भज भज काम कर डई है कि धरती पैर ही नहीं लगन डे और की खा लिया वो अज ओ माय गॉड टू मच खलारा इन्नी डस्ट ना तो मैं चिक्का आ
हाए मैं तो थक गई हाँ सारी दिहाड़ी काम कर करके लत्तां मेरियां दुखण डियां ते तुसीं आंदे हो भी खलारा पाया वा बाकी जी नहीं डस्ट चढ़ दी आ ते अंदर जाओ इत्थे की करदे हो कुछ नहीं पता लगता चल चंगा कोई ले आंदी है मैं लैके आवा जे मैं तीन बार खिलाता तो मम्मी के सामने बने बनाए नंबर मेरे ते जीरो हो जाने मम्मी सामने तो मैं हीरो बनना है मम्मी थक तो मैं गई हाँ पर ए बिस्तर च जान पै गई है दो साल लोड़ नहीं पैनी धुप लगा की इन्नी मैं अपने हाथों ना धुप लगाई है तो होर तुम दसो कि लक पीट ठीक है चलो ठीक है फिर मम्मी जी जे किसी चीज की लोड़ होगी ना तो मेनू दस दियो फिर मैं चाह पानी कोई दे दांगी तुहानू अज हो की होया बड़ी बदली बदली लगन डी है अड की समझा ही गई हो